ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 70 ਗ੍ਰਾਮ ਹੈਰੋਨ ਸਮੇਤ 2 ਨੌਜਵਾਨ ਪੁਲਿਸ ਡਿੱਕੇ, ਮਾਮਲਾ ਦਰਜ। ਜ਼ਿਲ੍ਹਾ ਤਰਨ ਤਾਰਨ ਦੇ ਮੁਖੀ SSP ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ DSP ਭਿੱਖੀਵਿੰਡ ਰਾਜਵੀਰ ਸਿੰਘ ਦੀਆਂ ਹਦਾਇਤਾਂ 'ਤੇ ਚੱਲਦਿਆਂ ਥਾਣਾ ਖਾਲੜਾ ਦੀ ਪੁਲਿਸ ਨੇ 70 ਗ੍ਰਾਮ ਹੈਰੋਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਥਾਣਾ ਮੁਖੀ SHO ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ASI ਭਗਵੰਤ ਸਿੰਘ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਥਾਣਾ ਖਾਲੜਾ ਤੋਂ ਪਿੰਡ ਨਾਰਲੀ ਧੁੰਨ ਆਦਿ ਪਿੰਡਾਂ ਨੂੰ ਡਿਫੈਂਸ ਡਰੈਨ ਦੇ ਨਾਲ ਬਣੀ ਸੜਕ ਰਾਹੀਂ ਜਾ ਰਹੇ ਸਨ ਕਿ ਪੁਲਿਸ ਪਾਰਟੀ ਡਿਫੈਂਸ ਡਰੈਨ ਹੱਦ ਖਾਲੜਾ ਨੇੜੇ ਪੁੱਜੀ ਤਾਂ ਸਾਹਮਣੇ ਵਾਲੇ ਪਾਸਿਓਂ 2 ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ASI ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਜਦ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਦਿਲਰਾਜ ਸਿੰਘ ਉਰਫ ਰਾਜੂ, ਪੁੱਤਰ ਕੇਵਲ ਸਿੰਘ ਵਾਸੀ ਭੈਣੀ ਰਾਜਪੂਤ, ਅਤੇ ਦੂਸਰੇ ਨੇ ਆਪਣਾ ਨਾਮ ਜਸਪਾਲ ਸਿੰਘ, ਪੁੱਤਰ ਕਾਰਜ ਸਿੰਘ ਵਾਸੀ ਭੈਣੀ ਰਾਜਪੂਤ, ਥਾਣਾ ਘਰਿੰਡਾ ਦੱਸਿਆ। ਫੜੇ ਗਏ ਦੋਨਾਂ ਨੌਜਵਾਨਾਂ ਪਾਸਿਓਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਦੋਨਾਂ ਨੌਜਵਾਨਾਂ ਵਿਰੁੱਧ ਥਾਣਾ ਖਾਲੜਾ ਵਿਖੇ NDPS ਐਕਟ 2121-85 ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਲਰਾਜ ਸਿੰਘ, ਜਸਪਾਲ ਸਿੰਘ ਭੈਣੀ ਰਾਜਪੂਤ ਦੇ ਰਹਿਣ ਵਾਲੇ ਆ। ਇਹਨਾਂ ਨੂੰ ਕੱਲ੍ਹ SI ਜਗਦੀਸ਼ ਸਿੰਘ ਗਸ਼ਤ 'ਤੇ ਨਿਕਲੇ ਸੀ, ਬੋਰਡ ਰੇਡ ਖਾਣ ਦੇ ਲੱਗੇ, ਇਹਨਾਂ ਨੇ ਰਾਊਂਡ ਅਪ ਕੀਤੇ ਆ ਅਤੇ ਰਾਊਂਡ ਅਪ ਕਰਨ ਲੱਗੇ ਇਹਨਾਂ ਦੇ ਕੋਲੋਂ ਹਿਰਨ ਬਰਾਮਦ ਹੋਈ ਹੈ ਥੋੜ੍ਹੀ ਥੋੜ੍ਹੀ। ਫਿਰ ਜਗਦੀਪ ਸਿੰਘ ਨੇ ਆਪਾਂ ਫੋਨ ਕਰਕੇ ਭਗਵੰਤ ਸਿੰਘ ਨੂੰ ਬੁਲਾਇਆ, ਜੋ ਕਿ ਪੱਕੇ ਥਾਣੇਦਾਰ। ਉਹਨਾਂ ਨੇ ਫਿਰ ਆਪਣੀ ਇਨਵੈਸਟੀਗੇਸ਼ਨ 'ਚ ਕੀਤਾ ਕਿ ਦਿਲਰਾਜ ਸਿੰਘ ਕੋਲੋਂ 40 ਗ੍ਰਾਮ ਹਿਰਨ ਅਤੇ ਜਸਪਾਲ ਸਿੰਘ ਕੋਲੋਂ 30 ਗ੍ਰਾਮ ਹਿਰਨ ਜਿਹੜੀ ਬਰਾਮਦ ਹੋਈ ਆ, ਅਤੇ ਉਹ ਕਰਕੇ ਇਹਨਾਂ 'ਤੇ 21-29 NDPS ਸਿੰਘ ਤੋਂ ਪਰਚਾ ਦਰਜ ਕਰ ਦਿੱਤਾ ਗਿਆ। ਦੋਵਾਂ ਨੂੰ ਅੱਜ ਲੱਗੇ ਆ ਜਾਂਚਾਂ 'ਤੇ ਪੇਸ਼ ਕਰ। ਇੰਨਾ ਸਰ ਪਹਿਲਾਂ ਕੋਈ ਪਰਚਾ ਦਰਜ ਜੇ ਪਹਿਲਾਂ ਨਹੀਂ ਪਰਚਾ ਦਰਜ ਹੋਇਆ ਕੁਛ ਇਹਨਾਂ ਨੇ ਅੱਗੇ ਕੜੀ ਬਣਾਈ ਹੈ, ਦੱਸਿਆ ਹੈ ਵੀ ਗਾਂ ਇਹਨਾਂ ਤੋਂ ਕਿਹਨਾਂ ਤੋਂ ਖਰੀਦਿਆ ਜਾਂ ਕਿਹਨੂੰ ਵੇਚਦੇ ਆ? ਇਹ ਚੱਲ ਰਹੀ ਇਨਵੈਸਟੀਗੇਸ਼ਨ, ਇਹਨਾਂ ਦੀ ਕੋਈ ਲੈ ਕੇ ਕਾਲ ਟੀਲਾ ਕਢਾ ਰਹੇ ਆ, ਉੱਥੋਂ ਫਿਰ ਜੋ ਵੀ ਅੱਗੇ ਪਤਾ ਚੱਲੂਗਾ ਫਿਰ ਇਨਵੈਸਟੀਗੇਸ਼ਨ ਚੱਲ। ਨਾਮ ਕੀ ਸਰ ਇਹਨਾਂ ਦੋ ਵਿਅਕਤੀਆਂ? ਦਿਲਰਾਜ ਸਿੰਘ, ਪੁੱਤਰ ਕੇਵਲ ਸਿੰਘ, ਜਸਪਾਲ ਸਿੰਘ, ਪੁੱਤਰ ਕਾਰਜ ਸਿੰਘ, ਭੈਣੀ ਰਾਜਪੂਤ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।